ਕਰਕੇ ਆਪਣੀ ਰੋਟੀ ਤਾਂ ਖਾਂਦੀ ਨਹੀਂ ਹੈਗੀ। ਦੂਜੇ ਦੀ ਰੋਟੀ ਦੀ ਨਿਗਾਹ ਰੱਖਦੀ, ਸਹੀ ਗੱਲ, ਆਪਣੀ ਰੋਟੀ ਨਹੀਂ ਖਾਂਦੀ ਹੈ। ਉਹੀ ਰੋਟੀ ਜੇ ਮੈਂ ਖਾਣ ਲੱਗ ਪਾਂ ਤਾਂ ਫਿਰ ਇਹਨੇ ਉਹੀ ਚੀਜ਼ ਖਾਣੀ ਹੈ। ਇੱਧਰ ਆਪਣੀ ਚਾਹ ਹੋ ਗਈ ਹੈ ਤਿਆਰ, ਮਸਾਲੇ ਵਾਲੀ ਚਾਹ ਅਤੇ ਥੋੜ੍ਹੇ ਜਿਹੇ ਰਾਜਮਾਂਹ ਅਤੇ ਚੌਲ। ਭੁੱਖ ਮੈਨੂੰ ਲੱਗੀ ਨਹੀਂ ਸੀਗੀ ਪਰ ਜੀ ਕਰ ਆਇਆ ਖਾਣ ਦਾ। ਰਾਜਮਾਂਹ ਚੌਲ ਦੇਖ ਕੇ ਤਾਂ ਬਸ ਗੱਲਾਂ ਹੀ ਛੱਡ ਦਿਓ। ਚੌਲ, ਸਲਾਦ, ਆਲੂ, ਦਹੀਂ, ਆਹ ਕੀ ਹੈ? ਕੀ ਕਹਿੰਦਾ ਤੈਨੂੰ? ਕੀ ਕਹਿੰਦਾ ਤੈਨੂੰ? ਉਹਦਾ ਥੱਲੇ ਆ, ਤੈਨੂੰ ਕੁਛ ਕਹਿ ਰਿਹਾ? ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ ਹੈਗਾ ਨਵਾਂ ਦਿਨ, ਅਤੇ ਵੈਸੇ ਤਾਂ ਮੈਂ ਸਵੇਰੇ ਉੱਠ ਗਈ ਸੀਗੀ 4 ਵਜੇ, ਕਿਉਂਕਿ ਜਦੋਂ ਇਹ ਆਏ ਮੈਨੂੰ ਮੁੜ ਕੇ ਨੀਂਦ ਨਹੀਂ ਆਈ। ਫਿਰ ਮੈਂ ਉੱਠੀ, ਪਾਣੀ ਪੀਤਾ ਗਰਮ, ਜਿੰਜਰ ਗਾਰਲਿਕ, ਨਹੀਂ ਸੋਰੀ, ਜਿੰਜਰ ਗਾਰਲਿਕ ਬ੍ਰੈਡ ਨਹੀਂ, ਜਿੰਜਰ ਲੈਮਨ ਹਨੀ ਟੀ, ਹਾਂ ਉਹ ਪੀਤੀ। ਫਿਰ ਮੈਂ ਆ ਗਈ ਹਾਂ ਬਾਹਰ, ਅਤੇ ਆ ਕਾਂ ਕੂੰ ਆ ਦੇਖਿਆ, ਇੱਧਰ ਡੰਡਾ ਦੇਖਿਆ ਜੀ, ਦੇਖਿਆ ਹੈ, ਪਊਗਾ ਆ ਦੇਖਿਆ। ਇਹਦਾ ਗੁੱਸਾ ਵੀ ਮੈਨੂੰ ਡੰਡਾ ਕਿਉਂ ਦਿਖਾ ਰਹੇ ਹੋ? ਹੈਂ, ਇੰਨਾ ਗੁੱਸਾ ਦੇ ਚ ਮੈਂ ਮਾਰਿਆ ਥੋੜ੍ਹੀ, ਮੈਂ ਤਾਂ ਦਿਖਾਇਆ ਸਿਰਫ ਅਜੇ ਡੰਡਾ। ਹੈਂ ਬਦਤਮੀਜ਼, ਸਾਰੇ ਖਿਲਾਰ ਜਾਂਦੇ ਨੇ ਇੱਥੇ ਨਾ, ਕੰਮ ਖਰਾਬ ਕਰ ਦਿੰਦੇ ਆ, ਸਾਰੇ ਖਿਲਾਰ ਗਏ ਯਾਰ, ਦੇਖ ਜਾਂ ਫਿਰ ਹਵਾ ਨਾਲ ਉੱਡ ਗਿਆ। ਕੱਲ੍ਹ ਮੰਮੀ ਹੋਣੀ ਆਏ ਸੀ ਤਾਂ ਮੇਰੇ ਤੋਂ ਉਹਨਾਂ ਤੋਂ ਬੈਠਿਆ ਵੀ ਨਹੀਂ ਗਿਆ, 5 ਮਿੰਟ ਵੀ ਉਹਨਾਂ ਕੋਲ ਨਹੀਂ ਬੈਠਿਆ ਗਿਆ ਮੇਰੇ ਤੋਂ। ਅਤੇ ਹੁਣ ਮੈਂ ਬਣਾਉਣ ਲੱਗੀ ਹਾਂ ਆਪਣੀ ਰੋਟੀ, ਕਿਉਂਕਿ ਮੰਮੀ ਹੋਣਾਂ ਨੇ ਤਾਂ ਹਜੇ ਉੱਠਣਾ ਸੀਗਾ, ਅਤੇ ਮੈਂ ਆਪਣੇ ਲਈ ਰੋਟੀ ਬਣਾਉਣ ਲੱਗੀ ਕਿਉਂਕਿ ਮੇਰੀ ਡਿਊਟੀ ਸ਼ੁਰੂ ਹੋ ਜਾਣੀ ਆ ਹੁਣ 1.5 ਘੰਟੇ ਤੱਕ ਫਿਰ ਦੁਬਾਰਾ ਤੋਂ। ਅਤੇ ਹੁਣ ਕੁੱਕਰ ਨੂੰ ਵੀ ਰੋਟੀ ਦੇਣੀ, ਉਹ ਵੀ ਭੁੱਖੀ ਆ, ਤੋ ਅੱਜ ਮੈਂ ਵਲੋਗਿੰਗ ਕਰਨ ਦੀ ਕੋਸ਼ਿਸ਼ ਕਰਾਂਗੀ ਜੇ ਮੇਰੇ ਟੈਕਨੀਕਲ ਇਸ਼ੂ ਨਾ ਆਇਆ, ਕਿਉਂਕਿ ਵਲੋਗਿੰਗ ਮੈਂ ਇਸੀ ਫੋਨ ਤੋਂ ਕਰਨੀ ਹੁੰਦੀ ਆ, ਅਤੇ ਫੋਨ ਵੀ ਜਿਵੇਂ ਇਸੀ ਫੋਨ 'ਤੇ ਆ ਰਹੇ ਸੀਗੇ ਰੈਗੂਲਰ, ਤੋ ਮੇਰੇ ਤੋਂ ਹੋ ਨਹੀਂ ਪਾਇਆ। ਤੋ ਹੁਣ ਮਿਲਦੇ ਹਾਂ ਆਪਾਂ ਤੁਹਾਨੂੰ ਜਲਦੀ, ਅਤੇ ਹੁਣ ਮੈਂ ਬਣਾਉਣ ਲੱਗੀ ਹਾਂ ਰੋਟੀ ਆਪਣੇ ਲਈ। ਇਹ ਰੋਟੀ ਬਚੀ ਵੀ ਆ, ਮੈਂ ਦੇਖਦੀ ਹਾਂ, ਮੰਮੀ ਨੇ ਕਿਹਾ ਸੀਗਾ ਕਿ ਇਹ ਖਰਾਬ ਨਹੀਂ ਹੋਊਗੀ, ਹਾਂ ਉਹਦੇ ਮਤਲਬ ਕੰਢੇ ਇਹਦੇ ਉਹ ਨਹੀਂ ਹੋਣਗੇ ਨਾ, ਟਾਹੀ ਖਾ ਲੈਣੀ। ਲੈ, 3 ਰੋਟੀਆਂ ਬਚੀਆਂ ਪਈਆਂ, ਸਰ ਗਿਆ। ਹੈਲੋ ਕੋਕੋ, ਕੋਕੋ ਗੁੱਡ ਮਾਰਨਿੰਗ ਕੋਕੋ, ਤੁਹਾਨੂੰ ਕੋਕੋ ਨਾਲ ਮਿਲਾ ਦਈਏ। ਕੋਕੋ ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਕੋਕੋ, ਭੁੱਖੀ ਲੱਗ ਗਈ ਸੀਗੀ ਤੈਨੂੰ? ਭੁੱਖੀ ਲੱਗ ਗਈ ਸੀਗੀ, ਭੁੱਖੀ ਲੱਗ ਗਈ ਸੀਗੀ ਕਿ ਮੈਨੂੰ ਆਪਣੇ ਟਾਈਮ 'ਤੇ ਭੁੱਖ ਲੱਗ ਜਾਂਦੀ ਆ, ਹੈ ਨਾ? ਸੁੱਤੀ ਨੂੰ ਕੋਈ ਹੋਸ਼ ਨਹੀਂ ਹੁੰਦੀ, ਚਾਹੇ ਉਹਨੂੰ 12 ਵਜੇ ਉਠਾਓ, ਸੌਣ ਦੀ ਇੰਨੀ ਉਹ ਆ, ਭੱਜ ਗਈ, ਕਿੱਧਰ ਗਈ? ਔਰ ਮੈਂ ਸੋਚ ਰਹੀ ਹਾਂ ਕਿ ਮੈਂ ਸਬਜ਼ੀ ਵੀ ਹੁਣੇ ਬਣਾ ਲਵਾਂ, ਕਿਉਂਕਿ ਨਾ ਫਿਰ ਮੰਮੀ ਨੂੰ ਬਣਾਉਣੀ ਪੈਣੀ ਆ, ਜਿੰਨਾ ਕੁ ਮੈਂ ਹੈਲਪ ਕਰ ਸਕਦੀ ਹਾਂ ਉਨੀ ਮੈਂ ਕਰ ਲੈਂਦੀ ਹਾਂ। ਮੇਰੇ ਬੀਨਸ ਜਿਹੜੀਆਂ ਮੈਂ ਨਾ ਕੱਟ ਕੇ ਰੱਖੀਆਂ ਸੀਗੀਆਂ, ਅਤੇ ਹੁਣ ਮੈਂ ਉਹ ਬਣਾ ਲੈਣੀ ਆ। ਆਲੂ ਬੀਨਸ 2, ਠੀਕ ਹੈ, ਉਵੇਂ ਦੀਆਂ ਉਵੇਂ ਪਈਆਂ ਨੇ, ਬਿਲਕੁਲ ਖਰਾਬ ਨਹੀਂ ਹੋਈਆਂ। ਓਕੇ, ਪੈਣ ਦਾ ਤਰੀਕਾ ਦੇਖੋ, ਪਿਛਲੀਆਂ ਲੱਤਾਂ ਦੇਖਦੀਆਂ। ਚਲੋ ਹੁਣ ਮੈਂ ਰੋਟੀ ਰੋਟੀ ਬਣਾ ਕੇ ਨਾ ਫਿਰ ਮਿਲਦੀ ਹਾਂ ਤੁਹਾਨੂੰ ਸਾਰਿਆਂ ਨੂੰ। ਚਾਹ ਮੇਰੀ ਬਣ ਗਈ ਆ, ਸਬਜ਼ੀ ਬਣ ਰਹੀ ਆ, ਕੋਕੋ ਦੀ ਰੋਟੀ ਵੀ ਬਣਦੀ ਪਈ ਆ, ਮੇਰੀ ਰਾਤ ਦੀ ਰੋਟੀ ਆ, ਦਹੀਂ ਆ, ਅਤੇ ਬਸ ਹੁਣ ਸਬਜ਼ੀ ਬਣ ਜਾਵੇ ਫਿਰ ਆਪਾਂ ਡਿਊਟੀ ਸਟਾਰਟ ਕਰਾਂਗੇ ਆਪਣੀ। ਸਾਡੀ ਕੋਕੋ ਦੀ ਰੋਟੀ, ਦਹੀਂ ਦੇ ਵਿੱਚ ਮੇਰੀ ਚਾਹ ਏ। ਤੈਨੂੰ ਪਤਾ ਲੱਗ ਗਿਆ ਵੀ ਇਹ ਤੇਰੀ ਰੋਟੀ ਆ? ਹੈਂ, ਲੱਗ ਗਿਆ ਪਤਾ ਤੈਨੂੰ? ਖਾ ਵੀ ਲਈ ਹੁਣ,
ਨਾਟਕ ਕਰ ਕਰਕੇ ਤਾਂ ਤੂੰ ਖਾਂਦੀ ਆ ਚੀਜ਼ਾਂ, ਨਾਟਕ ਕਰ ਕਰਕੇ ਖਾਣੀ ਨਹੀਂ ਗੀ ਰੋਟੀ ਹੈਂ, ਦਹੀਂ ਪਾਇਆ ਤੈਨੂੰ ਵਿੱਚ ਮੈਂ, ਖਾ ਲਾ ਤੋ ਵੱਧ ਚੁੱਕੇ ਆ ਇੱਕ, ਤਾਂ ਸਾਡੀ ਕੋਕੋ ਜੀ ਨੇ ਆਪਣੀ ਪੈਡੀਗਰੀ ਖਾ ਲਈ ਆ, ਅਤੇ ਹੁਣ ਇਹ ਮਤਲਬ ਹੋਰੀ ਮੇਰੇ ਤੋਂ ਭੱਜਦੀ ਪਈ ਆ, ਅਤੇ ਬਸ ਯਾਰ ਨੈੱਟ ਨੁੱਟ ਦਾ ਬੜਾ ਚੱਕਰ ਪੈ ਰਿਹਾ, ਘਰੇ ਕੰਮ ਕਰਨਾ ਥੋੜ੍ਹਾ ਜਿਹਾ ਔਖਾ ਲੱਗਦਾ। ਤੂੰ ਤੂੰ ਬੁੱਛਦਾ ਨਾ ਬੁੱਛਦਾ ਨਾ ਤੂੰ ਤੂੰ ਪੁੱਛਦਾ ਨਾ ਬੁੱਛਦਾ ਨਾ ਤੂੰ ਬਸ ਸਿਰਫ ਹਜੇ ਮਾਰਿਆ ਨਹੀਂ, ਚਪੇੜ ਦਿਖਾਉਣ ਦਈ ਆ, ਬਸ ਦਿਖਾਈ ਆ ਤੇ ਤੜਫਣ ਦਈ ਖਾਈ ਆ। ਸੋ ਸਤਿ ਸ਼੍ਰੀ ਅਕਾਲ ਜੀ, ਵਲੋਗ ਵਲੋਗ ਤਾਂ ਸ਼ੁਰੂ ਹੋ ਚੁੱਕਾ ਆ, ਮੇਰੀ ਸਤਿ ਸ਼੍ਰੀ ਅਕਾਲ ਰਹਿੰਦੀ ਸੀ ਤੁਹਾਨੂੰ ਸਾਰਿਆਂ ਨੂੰ, ਕਿਵੇਂ ਹੋ ਸਾਰੇ ਠੀਕ ਠਾਕ? ਮੈਂ ਬਹੁਤ ਵਧੀਆ, ਕਿਉਂਕਿ ਕੰਮ 'ਤੇ ਹੁਣ ਮੈਂ ਇਕੱਲੇ ਹੀ ਜਾਣ ਲੱਗ ਪਿਆ ਅਤੇ ਆ ਕੇ ਮੈਂ ਸੋ ਗਿਆ ਸੀਗਾ, ਅਤੇ ਹੁਣ ਉੱਠਿਆ 2 ਵਜੇ, 2 ਵਜੇ 3 ਵਜੇ ਹੁਣ ਖਾਵਾਂਗੇ ਥੋੜ੍ਹੀ ਰੋਟੀ ਅਤੇ ਫਲੀਆਂ ਪ੍ਰਸ਼ਾਦੇ ਦਿਖਾਤਾ ਸੀਗਾ, ਫਿਰ ਕੀ ਦਿਖਾਉਣ ਨੂੰ ਰਹਿ ਗਿਆ ਫਿਰ? ਕੋਕੋ ਓਏ ਕੋਕੋ, ਤੂੰ ਸ਼ਾਂਤ ਬੈਠਾ, ਰੋਟੀ ਖਾ ਲਈ ਹੈਂ? ਮੱਖੀ ਵੱਲ ਧਿਆਨ ਹੈਗਾ, ਰੋਟੀ ਹੋ ਗਈ ਆਪਣੀ ਤਿਆਰ, ਕੋਕੋ ਵੀ ਹੋ ਗਈ ਤਿਆਰ, ਜੇ ਤੂੰ ਮੂੰਹ ਮਾਰਿਆ ਨਾ ਰੋਟੀ ਨੂੰ ਤੇ ਛਤਰੌੜ ਬਹੁਤ ਹੋਊਗੀ ਤੇਰੀ, ਕੀ ਸਮਝੀ ਹੈਂ? ਹਾਂ ਸ਼ਾਬਾਸ਼, ਦੂਜੇ ਦੀ ਰੋਟੀ ਦੀ ਨਿਗਾਹ ਰੱਖ, ਸਹੀ ਗੱਲ ਆਪਣੀ ਰੋਟੀ ਨਹੀਂ ਖਾਂਦੀ ਏ, ਉਹੀ ਰੋਟੀ ਜੇ ਮੈਂ ਖਾਣ ਲੱਗ ਪਾ ਤਾਂ ਫਿਰ ਇਹਨੇ ਉਹੀ ਚੀਜ਼ ਖਾਣੀ ਹੈ, ਤੈਨੂੰ ਅਕਲ ਨਹੀਂ ਇਸ ਖਾਈ, ਕਿਸੇ ਨੇ ਜੀਭਾਂ ਕੱਢਣ ਲੱਗ ਪਈ, ਬੈਠ ਸਿੱਟ ਸਿੱਟ ਸਿੱਟ, ਹੁਣ ਤੂੰ ਥੱਲੇ ਉਤਰਨਾ, ਕਦੇ ਥੱਲੇ ਕਦੇ ਉੱਤਰ ਹੈ, ਨਹੀਂ ਲੈਣਾ ਤੈਨੂੰ ਥੱਲੇ। ਸੋ ਆਪਾਂ ਹੋ ਗਿਆ ਜੀ ਤਿਆਰ ਕੰਮ 'ਤੇ ਜਾਣ ਵਾਸਤੇ, ਸ਼ਾਮ ਦੇ ਵੱਜ ਚੁੱਕੇ ਆ 5:15, 10 ਮਿੰਟ ਤੱਕ ਗੱਡੀ ਆ ਜਾਣੀ ਆ, ਅਤੇ ਕੰਮ ਲੱਗੀ ਆ ਕੰਮ ਕਰਨ, ਠੀਕ ਆ ਚੱਲੀਏ ਫਿਰ ਹੈਂ, ਤੇਰੇ ਤਾਂ ਘੰਟੇ ਤੱਕ ਛੁੱਟੀ ਹੋਣ ਵਾਲੀ ਹੈ। ਮੇਰੀ ਡਿਊਟੀ ਹੋ ਗਈ ਆ ਹੁਣ ਖਤਮ, ਹੁਣ ਆਪਾਂ ਪੀਵਾਂਗੇ ਚਾਹ, ਬਹੁਤ ਜ਼ਿਆਦਾ ਨੀਂਦ ਆ ਰਹੀ ਆ ਮੈਨੂੰ, ਬਹੁਤ ਜ਼ਿਆਦਾ, ਬਾਹਰ ਜਾ ਕੇ ਦਿੰਦੇ ਹਾਂ ਥੋੜ੍ਹੀ ਦੇਰ ਨਾ। ਬੜੇ ਚਿਰਾਂ ਬਾਅਦ ਮਿਲਿਆ ਮੈਨੂੰ ਤੂੰ, ਹੈਂ ਬੜੇ ਚਿਰਾਂ ਬਾਅਦ ਮਿਲੀ, ਇੰਨੀ ਖੁਸ਼ੀ, ਦਹੀਂ ਨਹੀਂ ਨਾ ਪੀਤਾ ਆਪਣਾ ਤੂੰ, ਦਹੀਂ ਖਾਦ, ਬੜੀ ਬਦਤਮੀਜ਼ ਆ, ਆ ਨਹੀਂ ਖਾਣਾ, ਆਹਾ ਆਹਾ ਆਹਾ, ਚੱਲ ਨਾ ਸੱਤ ਚੜ੍ਹਦੀ ਨਹੀਂ ਕੋਈ ਚੀਜ਼, ਖਾ ਰਹੀ ਆ, ਖਾ ਲਾ ਖਾ ਲਾ, ਅੱਜ ਮੇਰੀ ਡਿਊਟੀ ਬਿਲਕੁਲ ਸਹੀ ਟਾਈਮ 'ਤੇ ਖਤਮ ਹੋਈ, ਤਾਂ ਮੈਂ ਥੋੜ੍ਹਾ ਮੰਮੀ ਡੈਡੀ ਨਾਲ ਟਾਈਮ ਸਪੈਂਡ ਕੀਤਾ, ਅਤੇ ਹੁਣ ਸਾਡੀ ਕੋਕੋ ਜੀ ਰੋਟੀ ਦਾ ਵੇਟ ਕਰਦੇ ਹੋਏ,
ਐਂ ਨਾ ਕੁੱਕ, ਭੁੱਖੀਆਂ ਲੱਗੀਆਂ ਸੀਗੀਆਂ ਤੈਨੂੰ, ਪਰ ਬਹੁਤ ਨੌਟੰਕੀ ਕਰਦੀ ਆ ਇਹ, ਇਹਨੂੰ ਇਹ ਲੱਗ ਰਿਹਾ ਕਿ ਇਹਨੂੰ ਉਹ ਮਿਲੇਗੀ, ਫੀਡ ਮਿਲੇਗੀ, ਬਟ ਇੱਦਾਂ ਨਹੀਂ ਹੋਊਗਾ। ਤਿੰਨੇ ਟਾਈਮ ਫੀਡ ਨਹੀਂ ਦੇ ਸਕਦਾ ਕਿਉਂਕਿ ਇਹਨੂੰ ਗਰਮੀ ਪੈ ਜਾਂਦੀ ਹੈ। ਫਿਰ ਮੈਂ ਦੁਪਹਿਰੇ ਫੀਡ ਦੇ ਦਿੱਤੀ ਸੀਗੀ, ਹਾਂ ਦੁਪਹਿਰੇ, ਅਤੇ ਹੁਣ ਮੈਨੂੰ ਰੋਟੀ ਦਊਂਗੀ ਦਿਨ ਦੇ ਵਿੱਚ, ਫੀਡ ਨਹੀਂ ਦਊਂਗੀ। ਪਰ ਇਹਨੇ ਪਤਾ ਕੀ ਕਰਨਾ, ਸੌਂ ਕੇ ਇੱਕ ਸਾਈਡ 'ਤੇ ਕਰ ਦੇਗੀ, ਫਿਰ ਉਹ ਜਦੋਂ ਭੁੱਖ ਲੱਗੂਗੀ ਨਾ ਅੱਧੇ ਘੰਟੇ ਬਾਅਦ ਫਿਰ ਇਹੀ ਖਾਏਗੀ। ਅਤੇ ਮੰਮੀ ਡੈਡੀ ਉੱਧਰ ਰੋਟੀ ਖਾ ਰਹੇ ਨੇ, ਮੈਂ ਕੁੱਕ ਨੂੰ ਦੇ ਕੇ ਬਸ ਉੱਧਰ ਜਾਊਂਗੀ। ਅੱਜ ਦਾ ਦਿਨ ਵਧੀਆ ਰਿਹਾ ਮੇਰਾ। ਥੋੜੀ ਦੇਰ ਚ ਤੁਹਾਨੂੰ ਡੰਡਾ ਦੇਖਿਆ ਦੇਖਿਆ ਹੈ ਪਊਗਾ। ਇਹਦਾ ਗੁੱਸਾ ਵੀ ਮੈਨੂੰ ਡੰਡਾ ਕਿਉਂ ਦਿਖਾ ਰਹੇ ਹੋ, ਹੈਂ? ਇੰਨਾ ਗੁੱਸਾ ਦੇ ਚ ਮੈਂ ਮਾਰਿਆ ਥੋੜ੍ਹੀ, ਮੈਂ ਤਾਂ ਦਿਖਾਇਆ ਸਿਰਫ ਅਜੇ ਡੰਡਾ, ਹੈਂ? ਡੈਡੀ ਦੂਧ ਧਿਆਨ ਨਾਲ ਗਰਮ ਬਹੁਤ ਕੁੱਕ। ਇਹ ਮੰਮੀ ਦੀ ਚਾਹ। ਏ ਅੱਜ ਹੈ ਰੋਟੀ, ਚੌਲ, ਸਲਾਦ, ਆਲੂ, ਦਹੀਂ, ਆਹ ਕੀ ਹੈ, ਕਾਲੇ ਛੋਲੇ। ਵਾਹ ਜੀ ਵਾਹ ਜੀ ਵਾਹ, ਖਾਂਦੇ ਹਾਂ ਰੋਟੀ। ਸੋ ਰੋਟੀ ਆਪਾਂ ਖਾ ਲਈ ਆ, ਅਤੇ ਹੁਣ ਆਪਾਂ ਬ੍ਰੇਕ 'ਤੇ ਹਾਂ, ਇਸ ਤੋਂ ਬਾਅਦ ਜਾਵਾਂਗੇ ਆਪਾਂ ਕੰਮ 'ਤੇ। ਤੁਸੀਂ ਉਹਨਾਂ ਚਿਰ ਦੇਖੋ ਘਰੇ ਰਮਣ ਕੀ ਕਰਦੀ ਆ। ਉਹ ਆਪਣੀ ਉਹ ਬੁਰਕੀ ਕੱਢ ਕੇ ਨਾ ਉੱਥੇ ਰੱਖੀ ਆ, ਉਹਦੇ ਨਾਲ ਹੀ ਖੇਡੀ ਜਾਂਦੀ ਆ। ਉਹ ਦੇਖੀ ਕੀ ਕਰੇਗੀ ਹੁਣ, ਉਹਦੇ ਜਿਵੇਂ ਖਡੌਣਾ ਪਿਆ ਹੋਇਆ ਕੋਈ, ਫਿਰ ਪੱਤੀ। ਇਹ ਕੀ ਹੋ ਰਿਹਾ ਕੋਕੋ, ਹੈ? ਆਹ ਲਿਆ ਇਹਦਾ, ਰੋਟੀ ਨਹੀਂ ਲੰਘਣੀ, ਆਹ ਖਾਣਾ ਇਹਨੇ, ਇਹ ਨਹੀਂ ਖਾਣਾ। ਹੁਣ ਹੋ ਗਈ ਛੁੱਟੀ, ਹੁਣ ਆਪਾਂ ਚੱਲਦੇ ਹਾਂ ਘਰੇ, ਪੌਣੇ ਚਾਰ ਹੋ ਗਿਆ, ਘਰੇ ਵੀ ਸੁੱਤੇ ਹੀ ਹੋਣੇ, ਉਹ ਵੀ ਆਪਾਂ ਵੀ ਜਾ ਕੇ ਸੋਈ ਜਾਣਾ। ਸੋ ਪਹੁੰਚ ਗਿਆ ਜੀ ਆਪਾਂ ਆਪਣੇ ਘਰੇ, ਅਤੇ ਹੁਣ ਪੀਣ ਲੱਗੇ ਆਪਾਂ ਥੋੜ੍ਹੀ ਜਿਹੀ ਚਾਹ, ਘੁੱਟ ਚਾਹ ਪੀਵਾਂਗੇ। ਅਤੇ ਭੁੱਖ ਤਾਂ ਮੈਨੂੰ ਲੱਗੀ ਨਹੀਂ, ਪਰ ਰਾਜਮਾਂਹ ਚੌਲ ਦੇ ਗਏ ਮੈਨੂੰ, ਹੁਣ ਨਹੀਂ ਮੈਂ ਛੱਡਦਾ ਇਹ, ਹੁਣ ਨਹੀਂ ਮੈਂ ਛੱਡਦਾ, ਮੈਂ ਖਾ ਕੇ ਹੀ ਰਹੂੰਗਾ। ਬਾਕੀ ਬਾਹਰ ਦਾ ਮਾਹੌਲ, ਹੁਣੇ ਥੋੜ੍ਹੀ ਦੇਰ ਪਹਿਲਾਂ ਮੋਰ ਚੈਂ ਚੈਂ ਕਰਦੇ ਸੀਗੇ, ਟਾਈਮ ਹੋ ਗਿਆ 4:20 ਭਰਾਵੋ। ਇਹਦੇ ਨਾਲ ਹੀ ਅੱਜ ਦਾ ਜਿਹੜਾ ਵਲੋਗ ਆਪਾਂ ਉਹ ਕਰਦੇ ਹਾਂ ਖਤਮ। ਕੋਈ ਵੀ ਚੰਗਾ ਲੱਗਿਆ ਹੋਇਆ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਅਤੇ ਮਿਲਦੇ ਹਾਂ ਤੁਹਾਨੂੰ ਨਵੇਂ ਦਿਨ, ਨਵੇਂ ਵਲੋਗ ਦੇ, ਨਵੀਂ ਵੀਡੀਓ ਦੇ ਨਾਲ। ਉਸ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਾਹ ਬਣ ਗਈ ਆਪਣੀ ਕੜਾਕੇਦਾਰ, ਮਸਾਲੇ ਵਾਲੀ ਚਾਹ ਬਣ ਗਈ ਓਏ, ਹੁਣ ਆਊਗਾ ਪੀ ਕੇ ਨਜ਼ਾਰਾ। ਇੱਧਰ ਆਪਣੀ ਚਾਹ ਹੋ ਗਈ ਆ ਤਿਆਰ, ਮਸਾਲੇ ਵਾਲੀ ਚਾਹ, ਅਤੇ ਥੋੜ੍ਹੇ ਜਿਹੇ ਰਾਜਮਾਂਹ ਅਤੇ ਚੌਲ। ਭੁੱਖ ਮੈਨੂੰ ਲੱਗੀ ਨਹੀਂ ਸੀਗੀ, ਪਰ ਜੀ ਕਰ ਆਇਆ ਖਾਣ ਦਾ, ਰਾਜਮਾਂਹ ਚੌਲ ਦੇਖ ਕੇ ਤਾਂ ਬਸ ਗੱਲਾਂ ਹੀ ਛੱਡ ਦਿਓ ਸੀ। ਸੋ ਇਹ ਆਪਣਾ ਨਾਸ਼ਤਾ ਸਵੇਰ ਦਾ।